ਕੋਹਿਨੂਰ ਸਿਆਸਤ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗਿਆ ਜਾ ਚੁੱਕਿਆ ਹੈ। ਹੁਣ ਇਸੇ ਮੁੱਦੇ ਉੱਤੇ ਸਾਡੇ ਨਾਲ ਗੱਲ ਕਰਨਗੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਬਲਟੋਹਾ ਜੀ। ਹਾਂਜੀ ਬਲਟੋਹਾ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਮਤਲਬ ਕਿ ਹੁਣੇ ਇਹ ਸਾਰਾ ਵਿਵਾਦ ਕਿਉਂ ਉੱਠਿਆ ਹੈ ਕੋਹਿਨੂਰ ਉੱਤੇ? ਮਤਲਬ ਇਸ ਤੋਂ ਪਹਿਲਾਂ ਵੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਸੀ ਕੇਂਦਰ ਸਰਕਾਰ ਵੱਲੋਂ? ਮੇਰਾ ਖਿਆਲ ਹੈ ਜੀ, ਜਿੱਥੋਂ ਤੱਕ ਕੇਂਦਰ ਸਰਕਾਰ ਦਾ ਮਸਲਾ ਹੈ, ਪਹਿਲਾਂ ਕਿਸੇ ਨੇ ਇਸ ਪਾਸੇ ਤਵੱਜੋ ਨਹੀਂ ਦਿੱਤੀ ਜਿਹੜੀ ਕਿ ਇੱਕ ਤਰ੍ਹਾਂ ਦੀ ਚਾਹੇ ਕੋਈ ਵੀ ਹੈ, ਚਾਹੇ ਗਵਰਨਮੈਂਟ ਆਫ ਇੰਡੀਆ, ਚਾਹੇ ਕਿਸੇ ਵੀ ਪੱਧਰ ਤੇ ਆ, ਕੁਤਾਹੀ ਤੇ ਹੈਗੀ। ਹਾਂਜੀ, ਪਰ ਇਹ ਮਸਲਾ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਗਿਆ, ਉਸ ਤੋਂ ਬਾਅਦ ਹੀ ਗਵਰਨਮੈਂਟ ਆਫ ਇੰਡੀਆ ਤੋਂ ਜਿਹੜਾ ਆ ਸੁਪਰੀਮ ਕੋਰਟ ਨੇ ਸਾਰਾ ਕੁਛ ਮੰਗਿਆ ਵੀ ਇਹਦਾ ਕੌਣ ਹੈ ਤੇ ਕੀ ਹੋਣਾ ਚਾਹੀਦਾ ਜੀ। ਔਰ ਜਿੱਥੋਂ ਤੱਕ ਸੁਪਰੀਮ ਕੋਰਟ ਦੇ ਵਿੱਚ ਦਾਅਵੇਦਾਰੀਆਂ ਦੀ ਗੱਲ ਉੱਠਦੀ ਹੈ ਤੇ ਦਾਅਵੇਦਾਰੀ ਤੇ ਪੂਰੇ ਦੁਨੀਆਂ ਨੂੰ ਪਤਾ ਹੈ, ਇਤਿਹਾਸ ਦੇ ਵਿੱਚ ਸਾਰਾ ਕੁਛ ਦਰਜ ਹੈ ਕਿ ਇਸ ਕੋਹਿਨੂਰ ਦੇ ਉੱਤੇ ਜੇ ਕਿਸੇ ਦਾ ਹੱਕ ਹੈ, ਹਾਂਜੀ ਦਾਅਵਾ ਹੈ, ਤਾਂ ਉਹ ਸਿੱਖ ਕੌਮ ਦਾ ਹੈ। ਇਹ ਖਾਲਸਾ ਰਾਜ ਦੇ ਜਦੋਂ ਮਹਾਰਾਜਾ ਦਰੀਪ ਸਿੰਘ ਛੋਟੀ ਉਮਰ ਦੇ ਵਿੱਚ ਸੀ, ਇਹ ਇੱਕ ਤਰ੍ਹਾਂ ਦਾ ਉਹਨਾਂ ਤੋਂ ਖੋਇਆ ਗਿਆ, ਕਬਜ਼ਾ ਕੀਤਾ ਗਿਆ ਸੀ। ਇਸੇ ਕਰਕੇ ਜਿਹੜਾ ਆ ਹੁਣ ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਜਿਹੜੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਪ੍ਰਬੰਧਕ ਕਮੇਟੀ ਉਹ ਵੀ ਕੇਵੇਟ ਫਾਈਲ ਕਰ ਰਹੀ ਹੈ। ਵਡੋਆ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ।